ਪਿਆਰੇ ਵਿਦਿਆਰਥੀਓ ਆਪਾਂ ਪਿਛਲੀ ਵੀਡੀਓ ਦੇ ਵਿੱਚ ਪਾਠ ਸ਼ੁਰੂ ਕੀਤਾ ਸੀ ਪੰਜਾਬ ਦੇ ਲੋਕ ਗੀਤ ਜੋ ਕਿ ਤਜਿੰਦਰ ਕੌਰ ਦਾ ਲਿਖਿਆ ਹੋਇਆ ਹੈ ਉਹਨੂੰ ਆਪਾਂ ਅੱਗੋਂ ਅੱਜ ਕੰਟੀਨਿਊ ਕਰਨਾ ਹੈ ਹਾਫਸ ਦਿਨ ਹੋ ਗਿਆ ਸੀ ਪੰਜਾਬ ਦੇ ਲੋਕ ਗੀਤਾਂ ਦੇ ਵਿੱਚ ਤਜਿੰਦਰ ਕੌਰ ਨੇ ਦੱਸਿਆ ਕਿ ਲੋਕ ਗੀਤ ਕੀ ਹੁੰਦੇ ਐ ਇਹਨਾਂ ਦਾ ਵਿਸ਼ਾ ਕੀ ਹੁੰਦਾ ਹੈ ਜਾਂ ਇਹਦੇ ਰੂਪ ਕਿਹੜੇ-ਕਿਹੜੇ ਐ ਠੀਕ ਐ ਕਿੱਥੇ-ਕਿੱਥੇ ਗਾਏ ਜਾਂਦੇ ਐ ਮਤਲਬ ਇਸ ਤਰ੍ਹਾਂ ਲੋਕਗੀਤਾਂ ਬਾਰੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਐ ਲੋਕਗੀਤਾਂ ਦੇ ਰੂਪ ਦੱਸਿਆ ਉਹਨਾਂ ਨੇ ਲੋਰੀਆਂ ਸੁਹਾਗ ਘੋੜੀਆਂ ਸਿੱਠਣੀਆਂ ਟੱਪੇ ਬੋਲੀ ਮਾਈਆ ਢੋਲਾ ਅਲਾਉਣੀਆਂ ਵੈਣ ਕੀਰਨੇ ਛੰਦ ਪਰਾਗਾ ਥਾਲ ਕਿੱਕਲੀਆ ਠੀਕ ਐ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਲੋਰੀਆਂ ਬੱਚੇ ਦੇ ਜਨਮ ਨਾਲ ਸੰਬੰਧਿਤ ਲੋਕਗੀਤ ਠੀਕ ਐ ਲੋਰੀਆਂ ਜਿਹੜੀਆਂ ਪੰਜਾਬੀ ਸੱਭਿਆਚਾਰ ਵਿੱਚ ਲੋਕਗੀਤ ਬੱਚੇ ਦੇ ਜਨਮ ਤੋਂ ਸ਼ੁਰੂ ਹੋ ਜਾਂਦੀਆਂ। ਮਾਂ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਬੱਚੇ ਨੂੰ ਸੁਵਾਉਣ ਦਾ ਯਤਨ ਕਰਦੀ ਹੈ। ਜਾਂ ਬੱਚੇ ਨੂੰ ਪਰਚਾਉਣਾ, ਬੱਚੇ ਨੂੰ ਰੋਂਦੇ ਨੂੰ ਬਰਾਉਣਾ, ਚੁੱਪ ਕਰਾਉਣਾ ਠੀਕ ਹੈ। ਲੋਰੀਆਂ ਗਾਈਆਂ ਜਾਂਦੀਆਂ ਜਿਵੇਂ ਇਸ ਪਾਠ ਦੇ ਵਿੱਚ ਦਿੱਤਾ ਹੈ। ਜੰਗਲ ਸੁੱਤੇ, ਪर्वਤ ਸੁੱਤੇ, ਸੁੱਤੇ ਸਭ ਦਰਿਆ। ਅਜੇ ਜਾਗਦਾ ਸਾਡਾ ਕਾਕਾ, ਨੀਂਦੇ ਛੇਤੀ ਆ। ਹੂੰ। ਇਸ ਤਰ੍ਹਾਂ ਜਿਹੜੀਆਂ ਹੈਗੀਆਂ ਮਾਂ ਲੋਰੀ ਦੇ ਕੇ ਪਿੱਛੇ ਲੈ ਤੇ ਸੁਰਤਾਲੂਕ ਐਮ ਰੱਖਦੀ ਹੋਈ ਬੱਚੇ ਨੂੰ ਲੋਰੀ ਦੇ ਕੇ ਸੁਵਾਉਂਦੀ ਹੈ ਲੋਰੀਆਂ ਵੀ ਜਾਨੀ ਕਿ ਇੱਕ ਕੀ ਹੈ ਲੋਕ ਗੀਤ ਦਾ ਰੂਪ ਹੀ ਹੈ ਜਦੋਂ ਬਾਲਪਨ ਤੋਂ ਬੱਚੇ ਥੋੜੇ ਜੇ ਵੱਡੇ ਹੋ ਜਾਂਦੇ ਆ ਬਚਪਨ ਦੇ ਵਿੱਚ ਆ ਜਾਂਦੇ ਆ ਫਿਰ ਬਚਪਨ ਨਾਲ ਸੰਬੰਧਿਤ ਲੋਕ ਗੀਤ ਵੱਡੇ ਹੋ ਜਾਂਦੇ ਆ ਤਾਂ ਕਿੱਕਲੀ ਕੋੜੜਾ ਛਪਾਕੀ ਗੁੱਲੀ ਡੰਡਾ ਖਿੱਦੋ ਖੁੰਡੀ ਲੋਕਨ ਮਿੱਟੀ ਆਦ ਖੇਡਾਂ ਖੇਡਦੇ ਬੱਚੇ ਕੀ ਕਰਦੇ ਗੀਤ ਗਾਉਂਦੇ ਆ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਜਿਹੜੇ ਖੇਡਾਂ ਖੇਡਦੇ ਸਮੇਂ ਗੀਤ ਗਾਏ ਜਾਂਦੇ ਆ ਲੋਕ ਖੇਡ ਗੀਤ ਖੇਡ ਗੀਤ ਗਾਉਂਦੇ ਆ ਜਿਵੇਂ ਕਿੱਕਲੀ ਪਾਉਂਦੀਆਂ ਜਿਹੜੀਆਂ ਛੋਟੀਆਂ ਕੁੜੀਆਂ ਗਾਉਂਦੀਆਂ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰ ਜਵਾਈ ਦਾ ਠੀਕ ਹੈ ਕਿੱਕਲੀ ਪਾਉਂਦੀਆਂ ਇਸ ਤਰ੍ਹਾਂ ਗਾਉਂਦੀਆਂ ਕਿੱਕਲੀ ਕਲੀਰ ਦੀ ਤੇ ਆਹ ਕੋੜਾ ਛਪਾਕੀ ਖੇਡ ਦੇ ਬੱਚੇ ਗੀਤ ਗਾਉਂਦੇ ਆ ਕੋੜਾ ਛਪਾਕੀ ਜੁਮੇ ਰਾਤ ਆਈ ਹੈ ਜਿਹੜਾ ਅੱਗੇ ਪਿੱਛੇ ਦੇਖੋ ਉਹਦੀ ਸ਼ਾਮਤ ਆਈ ਹੈ ਇਸ ਤਰ੍ਹਾਂ ਲੁਕਨ ਮਿੱਟੀ ਖੇਡਦੇ ਵੀ ਬੱਚੇ ਜਿਹੜੇ ਹੈਗੇ ਆ ਕੁਛ ਨਾ ਕੁਛ ਗਾਉਂਦੇ ਇੱਕ ਜਿਹੜਾ ਵਾਰੀ ਦੇ ਰਿਹਾ ਉਹ ਮਤਲਬ ਇੱਕ ਦੋ ਤਿੰਨ ਐਵੇਂ ਕਰਕੇ ਗਾਉਂਦਾ ਜਿਹੜੇ ਲੁਕਦੇ ਆ ਲੁਕ ਛੁੱਪ ਜਾਣਾ ਕਨਕ ਦਾ ਦਾਣਾ ਇਸ ਤਰ੍ਹਾਂ ਜਿਹੜੇ ਹੈਗੇ ਹੈਗੇ ਉਹ ਗਾਉਂਦੇ ਗਾਉਂਦੇ ਹੀ ਨਾਲ ਖੇਡਦੇ ਆ ਜਾਂ ਕਹਿ ਲਓ ਵੀ ਖੇਡਦੇ ਖੇਡਦੇ ਨਾਲ ਗਾਉਂਦੇ ਆ ਠੀਕ ਹੈ ਫਿਰ ਬਚਪਨ ਤੋਂ ਬਾਅਦ ਜਦੋਂ ਕੁੜੀਆਂ ਮਟਿਆਰਾਂ ਹੋ ਜਾਂਦੀਆਂ ਤਾਂ ਕਹਿ ਲਓ ਵੀ ਉਹਨਾਂ ਦੇ ਸੁਭਾਅ ਦੇ ਮੁਤਾਬਕ ਸਮੇਂ ਦੇ ਮੁਤਾਬਕ ਗੀਤ ਬਦਲ ਜਾਂਦੀ ਠੀਕ ਹੈ ਮਟਿਆਰਾਂ ਹੋ ਰਹੀਆਂ ਕੁੜੀਆਂ ਖੇਡਾਂ ਨੂੰ ਛੱਡ ਕੇ ਰੁੱਤਾਂ ਤਿਉਹਾਰਾਂ ਨਾਲ ਸੰਬੰਧਿਤ ਗੀਤ ਗਾਉਂਦੀਆਂ ਉਹ ਤਿੰਜਨਾਂ ਦੇ ਵਿੱਚ ਪਿੰਗਾ ਝੂਟਦੀਆਂ ਮੌਸਮੀ ਤਿਹਾਰ ਮਨਾਉਂਦੀਆਂ ਗੀਤ ਗਾਉਂਦੀਆਂ ਜਿਵੇਂ ਰਲ ਆਓ ਸਖੀਓ ਨੀ ਸਵੇ ਤੀਆਂ ਖੇਡਣ ਜਾਈਏ ਹੁਣ ਆ ਗਿਆ ਸਾਵਣ ਨੀ ਪਿੰਗਾ ਪਿਪਲੀ ਤੇ ਜਾ ਕੇ ਪਾਈਏ ਇਸ ਤਰ੍ਹਾਂ ਜਿਹੜੇ ਗੀਤ ਗਾਉਂਦੇ ਖੇਡਾਂ ਖੇੜਦੇ ਨੱਚਦੇ ਟੱਪਦੇ ਕਿ ਗੱਭਰੂ ਤੇ ਮਟਿਆਰਾਂ ਵਿਆਹਣ ਜੋਗੇ ਹੋ ਜਾਂਦੇ ਆ ਫਿਰ ਵਿਆਹਾਂ ਦੇ ਕਾਰਜ ਸ਼ੁਰੂ ਹੋ ਜਾਂਦੇ ਆ ਕੁੜੀ ਦੇ ਘਰ ਜੀ ਕੀ ਹੈ ਸੁਹਾਗ ਗਾਏ ਜਾਂਦੇ ਆ ਤੇ ਮੁੰਡੇ ਦੇ ਘਰ ਕੋੜੀਆਂ ਗਾਈਆਂ ਜਾਂਦੀਆਂ ਆ ਪੜਿਆ ਕਿ ਕੋੜੀਆਂ ਸੁਹਾਗ ਲੋਕ ਗੀਤ ਇਹ ਮੇਨ ਲੋਕ ਗੀਤ ਹੈ ਮੁੰਡੇ ਦੇ ਵਿਆਹ ਸਮੇਂ ਕੋੜੀਆਂ ਤੇ ਕੁੜੀ ਦੇ ਵਿਆਹ ਸਮੇਂ ਸੁਹਾਗ ਗਾਏ ਜਾਂਦੇ ਆ ਕੁੜੀ ਦੇ ਘਰ ਵਾਲ ਕੁੜੀ ਦੇ ਵਿਆਹ ਵਾਲਿਆਂ ਦੇ ਘਰ ਠੀਕ ਹੈ ਸੁਹਾਗ ਗਾਏ ਜਾਂਦੇ ਆ ਤੇ ਵਿਆਹ ਵਾਲੇ ਮੁੰਡੇ ਦੇ ਘਰ ਕੋੜੀਆਂ ਗਾਈਆਂ ਜਾਂਦੀਆਂ ਆ ਸਾਰੇ ਸਾਖ ਸੰਬੰਧੀ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਐ ਘਰ ਦੀਆਂ ਨੂਹਾਂ ਧੀਆਂ ਵੱਡੀਆਂ ਬੁੱਢੀਆਂ ਸਭ ਗਿੱਧੇ ਪਾਉਂਦੀਆਂ ਠੀਕ ਐ ਇਸ ਤਰ੍ਹਾਂ ਗੀਤ ਗਾਉਂਦੀਆਂ ਵੀਰਾ ਜਦ ਤੂੰ ਚੜਿਆ ਖਾ ਰੇਵੇਂ ਤੇਰਾ ਵਾਪ ਰਪਈਏ ਵਾਰੇਵੇਂ ਜਾਂ ਲਟਕੇਂ ਦੇਵਾਲ ਸੋਹਣੇ ਦੇਰੀ ਸਦਕੇ ਜਾਂਦੀ ਮਾਂ ਠੀਕ ਐ ਤੇ ਇਹ ਤਾਂ ਕੁੜੀ ਮੁੰਡੇ ਦੇ ਘਰ ਗਿਆ ਜਾਣ ਵਾਲਾ ਗੀਤ ਐ ਤੇ ਕੁੜੀ ਦੇ ਘਰ ਕਿਵੇਂ ਸੁਹਾਗ ਗਾਉਂਦੇ ਐ ਬਾਬਲ ਮੇਰਾ ਇੱਕ ਕਹਿਣਾ ਕੀ ਜੀਏ ਮੈਨੂੰ ਰਾਮ ਰਤਨ ਵਰ ਦਿਜੀਏ ਜਾਈਏ ਲੈ ਆਂਦਾ ਵਰ ਟੋਲ ਕੇ ਜੋ ਰੰਗ ਕੁਸੰਬੜਾ ਘੋਲ ਕੇ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਆਪਦੀਆਂ ਮਾਂ ਦੀਆਂ ਭਾਵਨਾਵਾਂ ਨੂੰ ਗੀਤਾਂ ਦੇ ਰਾਹੀਂ ਪੇਸ਼ ਕਰਦੀ। ਇਸ ਤਰ੍ਹਾਂ ਹਾਸੇ ਠੱਠੇ ਤੇ ਢੋਲ ਟਮਕਿਆਂ ਦੇ ਵਾਲਾ ਮਾਹੌਲ ਆ ਜਿਹੜਾ ਵਿਆਹ ਵਾਲਾ ਹੌਲੀ-ਹੌਲੀ ਕਰੁਣਾਮਈ ਰੂਪ ਧਾਰਨ ਕਰ ਲੈਂਦਾ ਕਦੋਂ ਜਦੋਂ ਕੁੜੀ ਨੂੰ ਤੋਰਨ ਦਾ ਸਮਾਂ ਆ ਜਾਂਦਾ ਹੈ। ਠੀਕ ਹੈ ਜਦੋਂ ਕੁੜੀ ਤੋਰੀ ਜਾਂਦੀ ਹੈ ਤਾਂ ਮਾਂ-ਬਾਪ ਭੈਣ-ਭਰਾਵਾਂ ਜਿਹੜੇ ਰਲ ਕੇ ਸਾਰੇ ਕੀ ਹੈ ਉਹ ਵਿਛੋੜਾ ਉਹਨਾਂ ਵਾਸਤੇ ਉਹ ਚੱਲਣਾ ਔਖਾ ਹੋ ਜਾਂਦਾ ਤੇ ਵਿਛੋੜੇ ਦੇ ਗੀਤ ਗਾਉਂਦੇ ਆ ਦੇਖੋ ਕੀ ਸੀ ਪਹਿਲਾਂ ਕੀ ਸੀ ਵਿਆਹ ਚ ਰੰਗ ਬੰਨੇ ਪਏ ਸੀ ਕੁੜੀ ਦੇ ਘਰ ਦੱਸਿਆ ਸੁਹਾਗ ਮੁੰਡੇ ਦੇ ਘਰ ਕੋੜੀਆਂ ਤੇ ਹੌਲੀ ਹੌਲੀ ਕੀ ਹੋ ਜਾਂਦਾ ਵਿਆਹ ਵਾਲੇ ਦਿਨ ਗੀਤ ਗਾਏ ਜਾਂਦੇ ਜਦੋਂ ਫਿਰ ਉਹ করুণਾ ਮਈ ਰੂਪ ਬਣ ਜਾਂਦੇ ਧਾਰਨ ਕਰ ਲੈਂਦੇ ਕਿਵੇਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾਂ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ਼ ਜਾਣਾ ਠੀਕ ਹੈ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਆਹੋ ਗੀਤ ਗਾਉਂਦੀ ਹੈ ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲ ਡੋਲਾ ਨਹੀਂ ਹੁ ਲੰਗਦਾ ਇੱਕ ਇੱਟ ਪੁਟਾ ਦੇਵਾ ਧੀਏ ਘਰ ਜਾ ਆਪਣੇ ਫਿਰ ਵਿਆਹ ਤੋਂ ਬਾਅਦ ਜਦੋਂ ਕੁੜੀ ਨੂੰ ਬਣ ਕੇ ਸਹੁਰੇ ਘਰ ਰਹਿਣ ਲੱਗਦੀ ਹੈ ਤਾਂ ਸਹੁਰੇ ਘਰ ਵਿੱਚ ਸੱਸ ਦੀਆਂ ਸਖਤੀਆਂ ਉਸ ਨੂੰ ਬਹੁਤ ਚੁਬਦੀਆਂ ਉਹਦਾ ਹੋਰ ਨਾ ਰਿਸ਼ਤੇ ਜਿਵੇਂ ਨਣਾਨ ਦਿਉਰ ਜੇਠ ਜਠਾਣੀ ਆਦ ਸਭ ਨਾਲ ਬਾਹ ਪੈਂਦਾ ਹੈ ਠੀਕ ਹੈ ਤਾਂ ਰਿਸ਼ਤੇ ਨਾਤਿਆਂ ਨਾਲ ਸੰਬੰਧਿਤ ਲੋਕ ਗੀਤ ਸ਼ੁਰੂ ਹੋ ਜਾਂਦੇ ਹੈ ਕਿਵੇਂ ਕੁੜੀ ਕਹਿੰਦੀ ਕੁਕੜੀ ਉਹ ਲੈਣੀ ਜਿਹੜੀ ਕੁੜਕੁੜ ਕਰਦੀ ਐ ਸੋਹਰੇ ਨਹੀਂ ਜਾਣਾ ਸੱਸ ਬੁੜਬੁੜ ਕਰਦੀ ਐ ਠੀਕ ਐ ਜਾਂ ਕਹਿੰਦੀਆਂ ਕੁੜੀਆਂ ਮੇਰਾ ਦਿਓਰ ਬੜਾ ਟੁੱਟ ਪੈਣਾ ਹਸਦੀ ਦੇ ਦੰਦ ਗਿਣਦਾ ਸੱਸ ਨਾਲ ਸੰਬੰਧਤ ਹੋਗੇ ਦਿਓਰ ਨਾਲ ਸੰਬੰਧਤ ਹੋਗੇ ਇਸ ਤਰ੍ਹਾਂ ਰਿਸ਼ਤੇ ਨਾਤੇ ਨਾਲ ਸੰਬੰਧਤ ਜਿਹੜੇ ਲੋਕ ਗੀਤ ਗਾਏ ਜਾਂਦੇ ਆ ਜਾਂ ਜਿਹੜੀਆਂ ਹੈਗੀਆਂ ਕੁੜੀਆਂ ਕਹਿੰਦੀਆਂ ਮੇਰ ਜਦੋਂ ਮਾਹੀ ਚੱਲਿਆ ਮੈਂ ਖੜੀ ਸਾਂ ਬੂਹੇ ਤੇ ਮੋٹے ਮੋٹے ਹੰਝੂ ਡਿੱਗੇ ਗੋਰੇ ਗੋਰੇ ਮੂੰਹ ਤੇ ਮਾਹੀ ਨਾਲ ਸੰਬੰਧਤ ਆਪਦੇ ਘਰ ਵਾਲੇ ਨਾਲ ਸੰਬੰਧਤ ਲੋਕ ਗੀਤ ਗਾਉਂਦੀਆਂ ਫਿਰ ਸੋਰੇ ਕਰ ਬੈਠ ਕੇ ਵੀਰ ਦੀ ਉਡੀਕ ਕਰਦੀ ਐ ਆਦੇ ਵੀਰਾਂ ਨਾਲ ਸੰਬੰਧਤ ਲੋਕੀ ਗੀਤ ਗਾਉਂਦੀ ਐ ਉੜਦਾ ਵੇ ਜਾਵੀ ਕਾਮਾ ਵੈਂਦੜਾ ਜਾਵੀ ਵੈਂਦੜਾ ਜਾਵੀ ਮੇਰੇ ਪੇਕੜੇ ਮੈਵਾਰੀ ਠੀਕ ਐ ਦੱਸੀ ਵੇ ਕਾਮਾ ਦੱਸੀ ਵੀਰ ਮੇਰੇ ਨੂੰ ਆਊਗਾ ਨੀਲਾ ਘੋੜਾ ਵੀਰ ਏ ਮੈਵਾਰੀ ਇਸ ਤਰ੍ਹਾਂ ਜਿਹੜੀਆਂ ਕੁੜੀਆਂ ਹੈਗੀਆਂ ਉਹ ਆਪਣੇ ਰਿਸ਼ਤੇ ਆ ਨਾਤਿਆਂ ਨਾਲ ਨੂੰ ਯਾਦ ਕਰਦੀਆਂ ਜਿਹੜੀਆਂ ਹੈਗੀਆਂ ਉਹ ਲੋਕ ਗੀਤਾਂ ਦੇ ਵਿੱਚ ਆਪਦੀਆਂ ਮਨ ਦੀਆਂ ਭਾਵਨਾਵਾਂ ਨੂੰ ਪੇਸ਼ ਕਰਦੀ ਪੰਜਾਬ ਲੋਕ ਗੀਤਾਂ ਦੀ ਧਰਤੀ ਇਸ ਤਰ੍ਹਾਂ ਪੰਜਾਬੀ ਲੋਕ ਗੀਤਾਂ ਵਿੱਚ ਜਿਹੜੀ ਹੈਗੀ ਪੰਜਾਬੀ ਰਹਿਣੀ ਵਹਿਣੀ ਦੀ ਝਲਕ ਮਿਲਦੀ ਹੈ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਲੋਕ ਗੀਤਾਂ ਦੀ ਧਰਤੀ ਹੈ ਠੀਕ ਹੈ ਪੰਜਾਬ ਦੇ ਲੋਕਾਂ ਦੇ ਜੀਵਨ ਵਿੱਚ ਇਹਨਾਂ ਲੋਕ ਗੀਤਾਂ ਨੇ ਮਿਸ਼ਰੀ ਖੋਲੀ ਹੋਈ ਹੈ ਪੰਜਾਬੀ ਜਿਹੜਾ ਜੰਮਦਾ ਵੀ ਲੋਕ ਗੀਤਾਂ ਦੇ ਵਿੱਚ ਹੈ ਸਾਰੀ ਉਮਰ ਜਿਉਂਦਾ ਵੀ ਲੋਕ ਗੀਤਾਂ ਦੇ ਵਿੱਚ ਹੈ ਤੇ ਮਰਦਾ ਵੀ ਉਹ ਲੋਕ ਗੀਤਾਂ ਦੇ ਵਿੱਚ ਹੀ ਹੈ ਠੀਕ ਹੈ ਹਰ ਉਮਰ ਹਰ ਦਿਨ ਤੇ ਹਰ ਹਰ ਅਫਸਰ ਲਈ ਪੰਜਾਬੀ ਲੋਕ ਗੀਤਾਂ ਦੀ ਪਰਮਾਰ ਹੈ ਮਤਲਬ ਲੋਕਗੀਤ ਜਿਹੜੇ ਹਰ ਦਿਨ ਤਿਹਾਰ ਹਰ ਮੌਕੇ ਹਰ ਚੀਜ਼ ਹਰ ਰਿਸ਼ਤੇ ਨਾਤੇ ਨਾਲ ਸੰਬੰਧਿਤ ਲੋਕਗੀਤ ਸਾਨੂੰ ਮਿਲਦੇ ਹਨ ਲੋਕਗੀਤ ਇੱਕ ਬੜੀ ਮੁੱਲੀ ਤੇ ਅਮੀਰ ਵਿਰਾਸਤ ਹੈ ਸਾਡੇ ਲਈ ਪੰਜਾਬ ਦੇ ਲਈ ਪੰਜਾਬੀ ਸੱਭਿਆਚਾਰ ਦੇ ਲਈ ਜਿਹੜੇ ਲੋਕਗੀਤ ਹੈ ਉਹ ਬੜੀ ਮੁੱਲੀ ਤੇ ਇੱਕ ਅਮੀਰ ਵਿਰਾਸਤ ਹੈ ਤੇ ਇਸ ਦੇ ਅਸਲੀ ਰੂਪ ਨੂੰ ਸੰਭਾਲ ਕੇ ਸਾਨੂੰ ਕੀ ਹੈ ਨਵੀਂ ਪੀੜੀ ਤੱਕ ਅਸੀਂ ਇਹਨੂੰ ਪਹੁੰਚਾਉਣਾ ਹੈ ਠੀਕ ਹੈ ਅਸੀਂ ਇਹਨਾਂ ਨੂੰ ਭੁੱਲਣਾ ਨਹੀਂ ਪੀੜੀ ਦਰ ਪੀੜੀ ਅਸੀਂ ਆਪਦੇ ਜਿਹੜੇ ਹੈਗੇ ਆ ਬਜ਼ੁਰਗਾਂ ਤੋਂ ਵੱਡਿਆਂ ਤੋਂ ਲੋਕਗੀਤ ਸਿੱਖ ਕੇ ਠੀਕ ਹੈ ਉਹਦੇ ਅਸਲੀ ਰੂਪ ਨੂੰ ਅਗਲੀ ਪੀੜੀ ਤੱਕ ਨਵੀਂ ਪੀੜੀ ਤੱਕ ਆਉਣ ਵਾਲੀ ਪੀੜੀ ਤੱਕ ਅਸੀਂ ਉਹਨੂੰ ਕੀ ਹੈ ਪਹੁੰਚਾਉਣਾ ਹੈ ਇਹ ਪਾਠ ਸੀਗਾ ਲੋਕਗੀਤ ਤੇ ਇਹਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਤੁਹਾਨੂੰ ਭੇਜੇ ਗਏ ਹੋਮਵਰਕ ਦੇ ਵਿੱਚ ਠੀਕ ਹੈ ਐਕਸਟਰਾ ਪ੍ਰਸ਼ਨ ਉੱਤਰ ਹੈ ਜਿਹੜੇ ਤੁਸੀਂ ਉਹ ਬੁੱਕ ਦੇ ਵਿੱਚ ਮਾਰਕ ਕਰਨੇ ਆ ਤੇ ਆਪਾਂ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ ਧੰਨਵਾਦ